ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਕਿਸੇ ਵੀ ਮਲਾਜ਼ਮ ਨੂੰ ਬਹੁਤ ਸਾਰੀਆਂ ਛੁੱਟੀਆਂ ਜਿਹੜੀਆਂ ਨੇ ਉਸ ਦੇ ਕਰੀਅਰ ਦੇ ਵਿੱਚ ਸਰਵਿਸ ਦੇ ਦੌਰਾਨ ਮਿਲਦੀਆਂ ਨੇ ਸੋ ਹੁਣ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਚਾਈਲਡ ਕੇਅਰ ਲੀਵ ਬਾਰੇ ਯਾਨੀ ਕਿ ਬੱਚਿਆਂ ਦੀ ਦੇਖਭਾਲ ਦੇ ਲਈ ਮਿਲਣ ਵਾਲੀ ਛੁੱਟੀ ਦੇ ਬਾਰੇ ਇਹ ਛੁੱਟੀ ਕੀ ਸਿਰਫ ਇਸਤਰੀਆਂ ਨੂੰ ਮਿਲਦੀ ਹੈ ਜਾਂ ਫਿਰ ਪੁਰਸ਼ ਕਰਮਚਾਰੀਆਂ ਨੂੰ ਵੀ ਇਹ ਛੁੱਟੀ ਜਿਹੜੀ ਹੈ ਮਿਲਦੀ ਹੈ ਸੋ ਇਸ ਦੇ ਨਿਯਮ ਕੀ ਨੇ ਕਿੰਨੇ ਬੱਚਿਆਂ ਤੱਕ ਮਿਲਦੀ ਹੈ ਬੱਚਿਆਂ ਦੀ ਕੀ ਉਮਰ ਹੋਣੀ ਚਾਹੀਦੀ ਹੈ ਸੋ ਆਓ ਇਹਨਾਂ ਸਾਰੇ ਨਿਯਮਾਂ ਬਾਰੇ ਜਾਣਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਲਿਓ ਸੋ ਦੋਸਤੋ ਹੁਣ ਸ਼ੁਰੂਆਤ ਕਰਦੇ ਹਾਂ ਟਿੱਕ-ਟਿੱਕ ਕਰਕੇ ਚਾਈਲਡ ਕੇਅਰ ਲੀਵ ਦੇ ਨਿਯਮਾਂ ਬਾਰੇ ਜੋ ਕਿ ਬੱਚਿਆਂ ਦੀ ਦੇਖਭਾਲ ਦੇ ਲਈ ਜਿਹੜੀ ਹੈ ਉਹ ਮਿਲਦੀ ਹੈ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਇਹ ਚਾਈਲਡ ਕੇਅਰ ਲੀਵ ਬੱਚਿਆਂ ਦੀ ਦੇਖਭਾਲ ਦੇ ਲਈ ਇਹ ਛੁੱਟੀ ਜਿਹੜੀ ਹੈ ਕੇਵਲ ਇਸਤਰੀ ਕਰਮਚਾਰੀਆਂ ਨੂੰ ਹੀ ਮਿਲਦੀ ਹੈ ਪੁਰਸ਼ ਕਰਮਚਾਰੀਆਂ ਨੂੰ ਇਹ ਛੁੱਟੀ ਨਹੀਂ ਮਿਲਦੀ ਸੋ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲੇ ਨਿਯਮ ਬਾਰੇ ਪਹਿਲਾ ਨਿਯਮ ਇਹ ਹੈ ਕਿ ਬੱਚੇ ਜਿਹੜੇ ਨੇ ਉਹ 18 ਸਾਲ ਤੋਂ ਘੱਟ ਹੋਣੇ ਚਾਹੀਦੇ ਨੇ ਯਾਨੀ ਕਿ ਜਿੰਨਾ ਬੱਚਿਆਂ ਦੇ ਲਈ ਤੁਸੀਂ ਛੁੱਟੀ ਅਵੇਲ ਕਰ ਰਹੇ ਹੋ ਉਹਨਾਂ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਔਰ ਪੂਰੇ ਕੈਰੀਅਰ ਦੇ ਦੌਰਾਨ ਪੂਰੀ ਸਰਵਿਸ ਦੇ ਦੌਰਾਨ ਕਿਸੇ ਵੀ ਇਸਤਰੀ ਕਰਮਚਾਰੀ ਨੂੰ 365 ਦਿਨ ਤੱਕ ਦੀ ਚਾਈਲਡ ਕੇਅਰ ਲੀਵ ਜਿਹੜੀ ਹੈ ਉਹ ਮਿਲ ਸਕਦੇ ਹਨ ਯਾਨੀ ਕਿ ਪੂਰੇ ਕਰੀਅਰ ਦੇ ਵਿੱਚ 365 ਛੁੱਟੀਆਂ ਹੀ ਜੜੀਆਂ ਨੇ ਉਹ ਮਿਲ ਸਕਦੀਆਂ ਨੇ ਹੁਣ ਦੋਸਤੋ ਗੱਲ ਕਰੀਏ ਕਿ ਇਸ ਦਾ ਦੂਸਰਾ ਨਿਯਮ ਕੀ ਹੈ ਇਹ ਛੁੱਟੀ ਵੱਧ ਤੋਂ ਵੱਧ ਦੋ ਬੱਚਿਆਂ ਤੱਕ ਦੀ ਦੇਖਭਾਲ ਦੇ ਲਈ ਮਿਲ ਸਕਦੀ ਹੈ ਯਾਨੀ ਕਿ ਤੁਹਾਡੇ ਜਿਹੜੇ ਪਹਿਲੇ ਦੋ ਬੱਚੇ ਨੇ ਉਹਨਾਂ ਦੀ ਦੇਖਭਾਲ ਦੇ ਲਈ ਜਿਹੜੀ ਹੈ ਚਾਈਲਡ ਕੇਅਰ ਲੀਵ ਲਈ ਜਾ ਸਕਦੀ ਹੈ ਤੀਸਰੇ ਬੱਚੇ ਲਈ ਜਾਂ ਚੌਥੇ ਬੱਚੇ ਦੇ ਲਈ ਤੁਸੀਂ ਚਾਈਲਡ ਕੇਅਰ ਲੀਵ ਜਿਹੜੀ ਹੈ ਉਹ ਨਹੀਂ ਲੈ ਸਕਦੇ ਕਿਸ ਤਰ੍ਹਾਂ ਲੈ ਸਕਦੇ ਹੋ ਇਹਨਾਂ ਬੱਚਿਆਂ ਦੇ ਪ੍ਰੀਖਿਆ ਦੇ ਲਈ ਜਾਂ ਫਿਰ ਬਿਮਾਰੀ ਦੀ ਸੂਰਤ ਦੇ ਵਿੱਚ ਤੁਹਾਨੂੰ ਇਸ ਤੇ ਲਈ ਡਾਕੂਮੈਂਟ ਪ੍ਰੂਫ ਜਿਹੜੇ ਨੇ ਉਹ ਪੇਸ਼ ਕਰਨੇ ਪੈਣਗੇ ਯਾਨੀ ਕਿ ਜੇਕਰ ਤੁਸੀਂ ਬੱਚਿਆਂ ਦੇ ਪੜ੍ਹਾਈ ਦੇ ਲਈ ਜਾਂ ਉਹਨਾਂ ਦੀ ਬਿਮਾਰੀ ਦੇ ਲਈ ਇਹ ਛੁੱਟੀ ਅਵੇਲ ਕਰ ਰਹੇ ਹੋ ਤਾਂ ਤੁਹਾਨੂੰ ਸਬੰਧਤ ਦਫ਼ਤਰ ਵਿਖੇ ਇਹ ਸਬੂਤ ਵਜੋਂ ਜਿਹੜਾ ਹੈ ਡਾਕੂਮੈਂਟ ਪੇਸ਼ ਕਰਨੇ ਪੈਣਗੇ ਦੋਸਤੋ ਇਸ ਦਾ ਅਗਲਾ ਨਿਯਮ ਕੀ ਹੈ ਇਸ ਦਾ ਅਗਲਾ ਨਿਯਮ ਇਹ ਹੈ ਕਿ 1 ਸਾਲ ਦੇ ਵਿੱਚ 3 ਵਾਰ ਹੀ ਤੁਸੀਂ ਜਿਹੜੀ ਹੈ ਚਾਈਲਡ ਕੇਅਰ ਲੀਵ ਲੈ ਸਕਦੇ ਹੋ ਯਾਨੀ ਕਿ ਵਕ ਵਕ ਸਮੇਂ ਦੌਰਾਨ ਤੁਸੀਂ 3 ਵਾਰ 1 ਸਾਲ ਦੇ ਵਿੱਚ ਜਿਹੜੀ ਹੈ ਚਾਈਲਡ ਕੇਅਰ ਲੀਵ ਲੈ ਸਕਦੇ ਹੋ ਮੈਂ ਗੱਲ ਕਰ ਰਹੀਆਂ ਕੇਵਲ ਇਸਤਰੀ ਕਰਮਚਾਰੀਆਂ ਦੀ ਇਸਤਰੀ ਕਰਮਚਾਰਨਾ ਜਿਹੜੀਆਂ ਨੇ ਇਸ ਤੋਂ ਬਾਅਦ ਛੁੱਟੀ ਕਿੰਨੇ ਦਿਨ ਤੱਕ ਲੈ ਸਕਦੇ ਨੇ ਯਾਨੀ ਕਿ ਇੱਕ ਸਪੈਲ ਦੇ ਵਿੱਚ ਘੱਟੋ ਘੱਟ 15 ਛੁੱਟੀਆਂ ਜਿਹੜੀਆਂ ਨੇ ਉਹ ਤੁਸੀਂ ਲੈ ਸਕਦੇ ਹੋ ਯਾਨੀ ਕਹਿਣ ਦਾ ਭਾਵੇਂ ਹੋਇਆ ਕਿ ਤੁਸੀਂ ਸਾਲ ਦੇ ਵਿੱਚ ਜੇਕਰ ਚਾਈਲਡ ਕੇਅਰ ਲੀਵ ਲੈਣੀ ਹੈ ਤਾਂ ਘੱਟੋ ਘੱਟ ਉਹ 15 ਦਿਨ ਦੀ ਹੋਣੀ ਹੀ ਚਾਹੀਦੀ ਹੈ ਇਸ ਦਾ ਅਗਲਾ ਨਿਯਮ ਇਹ ਹੈ ਕਿ ਜੇਕਰ ਕੋਈ ਇਸਤਰੀ ਕਰਮਚਾਰੀਣ ਅਣਅਧਿਕਾਰਕ ਤੌਰ ਤੇ ਗੈਰਹਾਜ਼ਰ ਰਹਿੰਦੀ ਹੈ ਅਤੇ ਚਾਈਲਡ ਕੇਅਰ ਲੀਵ ਦੇਣ ਲਈ ਬੇਨਤੀ ਕਰਦੀ ਹੈ ਤਾਂ ਉਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਛੁੱਟੀ ਦਾ ਲਾਭ ਨਹੀਂ ਦਿੱਤਾ ਜਾ ਸਕਦਾ ਕਹਿਣ ਦਾ ਭਾਵੇਂ ਹੋਇਆ ਕਿ ਕੋਈ ਵੀ ਕਰਮਚਾਰੀਣ ਬਿਨਾਂ ਦੱਸੇ ਗੈਰ ਹਾਜ਼ਰ ਰਹਿ ਰਹੀ ਹੈ ਤੇ ਉਸ ਤੋਂ ਬਾਅਦ ਆ ਕੇ ਉਹ ਕਹਿ ਰਹੀ ਹੈ ਕਿ ਮੈਨੂੰ ਤੁਸੀਂ ਚਾਈਲਡ ਕੇਅਰ ਲੀਵ ਦੇ ਦਿਓ ਤਾਂ ਇਹਨਾਂ ਨਿਯਮਾਂ ਅਨੁਸਾਰ ਉਸ ਨੂੰ ਚਾਈਲਡ ਕੇਅਰ ਲੀਵ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ ਦੋਸਤੋ ਅਗਲੀ ਗੱਲ ਇਹ ਹੈ ਕਿ ਜੇਕਰ ਕਿਸੇ ਵੀ ਕੈਰੀਅਰ ਦੇ ਵਿੱਚ ਚਾਈਲਡ ਕੇਅਰ ਲੀਵ ਕਿਸੇ ਇਸਤਰੀ ਕਰਮਚਾਰਨ ਨੂੰ ਮਿਲਦੀ ਹੈ ਤਾਂ ਫਿਰ ਇਹ ਜਿਹੜੀ ਛੁੱਟੀ ਹੈ ਕਿ ਕਮਾਈ ਛੁੱਟੀਆਂ ਦੇ ਵਿੱਚੋਂ ਡੈਬਿਟ ਹੋਵੇਗੀ ਯਾਨੀ ਕਿ ਉਸ ਵਿੱਚੋਂ ਕਟੇਗੀ ਬਿਲਕੁਲ ਨਹੀਂ ਕਟੇਗੀ ਇਸ ਦਾ ਜਿਹੜਾ ਖਾਤਾ ਹੈ ਇਹ ਛੁੱਟੀਆਂ ਜਿਹੜੀਆਂ ਨੇ ਸਭ ਤੋਂ ਵੱਖਰੀਆਂ ਹੋਣਗੀਆਂ ਵੱਖਰੇ ਤੌਰ ਤੇ ਹੀ ਜਿਹੜਾ ਹੈ ਇਹਨਾਂ ਦਾ ਖਾਤਾ ਰੱਖਿਆ ਜਾਵੇਗਾ 365 ਛੁੱਟੀਆਂ ਦਾ ਭਾਅ ਇਹ ਹੈ ਕਿ ਪੂਰੇ ਕਰੀਅਰ ਦੇ ਵਿੱਚ ਜਿਉਂ-ਜਿਉ ਤੁਸੀਂ ਛੁੱਟੀਆਂ ਦਾ ਮਾਣ ਲਵੋਗੇ ਉਸ ਦੇ ਬਾਅਦ ਇਹ ਛੁੱਟੀ ਜਿਹੜੀ ਹੈ ਇਹਨਾਂ ਖਾਤਿਆਂ ਦੇ ਵਿੱਚੋਂ ਕੱਟੀ ਜਾਵੇਗੀ ਇਸ ਦਾ ਅਗਲਾ ਨਿਯਮ ਇਹੀ ਹੈ ਕਿ ਇਹ ਛੁੱਟੀ ਕਮਾਈ ਛੁੱਟੀ ਦੀ ਤਰ੍ਹਾਂ ਹੀ ਮਨਜ਼ੂਰ ਕੀਤੀ ਜਾਵੇਗੀ ਔਰ ਇਸ ਦੀ ਪੂਰਵ ਪ੍ਰਵਾਨਗੀ ਜਿਹੜੀ ਹੈ ਉਹ ਸਮਰੱਥ ਅਧਿਕਾਰੀ ਤੋਂ ਲੈਣੀ ਜ਼ਰੂਰੀ ਹੋਵੇਗੀ ਸਮਰੱਥ ਅਧਿਕਾਰੀ ਜਿਹੜਾ ਹੈ ਇਸ ਨੂੰ ਲੋਕ ਹਿੱਤ ਦੇ ਵਿੱਚ ਨਾ ਮਨਜ਼ੂਰ ਵੀ ਕਰ ਸਕਦਾ ਹੈ ਪਹਿਲਾਂ ਮਨਜ਼ੂਰ ਕੀਤੀ ਗਈ ਛੁੱਟੀ ਨੂੰ ਕੈਨਸਲ ਵੀ ਕਰ ਸਕਦਾ ਯਾਨੀ ਕਿ ਇਹ ਛੁੱਟੀ ਕਿਸੇ ਵੀ ਇਸਤਰੀ ਕਰਮਚਾਰਨ ਦਾ ਹੱਕ ਨਹੀਂ ਹੋਵੇਗੀ ਸਮਰੱਥ ਅਧਿਕਾਰੀ ਚਾਹੇ ਤਾ ਇਹ ਛੁੱਟੀ ਦੇ ਵੀ ਸਕਦਾ ਹੈ ਔਰ ਛੁੱਟੀ ਜਿਹੜਾ ਨਾਮਨਜ਼ੂਰ ਵੀ ਕਰ ਸਕਦਾ ਹੈ ਸੋ ਦੋਸਤੋ ਹੁਣ ਕਿਹੜੀਆਂ ਸ਼੍ਰੇਣੀਆਂ ਨੂੰ ਜਿਹੜੀ ਹੈ ਇਹ ਛੁੱਟੀ ਮਿਲਣ ਯੋਗ ਹੋਵੇਗੀ ਜਿਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਚੱਲ ਰਹੀ ਹੈ ਜਾਂ ਫਿਰ ਉਹ ਮੁਤਲੀ ਹੇਟ ਨੇ ਉਹਨਾਂ ਨੂੰ ਇਹ ਛੁੱਟੀ ਜਿਹੜੀ ਹੈ ਉਹ ਨਹੀਂ ਦਿੱਤੀ ਜਾਵੇਗੀ ਜਿਹੜੇ ਪ੍ਰੋਬੇਸ਼ਨ ਪੀਰੀਅਡ ਅਧੀਨ ਹਨ ਪਰ ਜੇਕਰ ਕਿਸੇ ਅਜਿਹੇ ਮੈਡੀਕਲ ਕਾਰਨ ਕਰਕੇ ਮਾਈਨਰ ਚਾਈਲਡ ਦੀ ਦੇਖਭਾਲ ਦੀ ਤੁਰੰਤ ਜ਼ਰੂਰਤ ਹੋਵੇ ਤਾਂ ਇਹ ਛੁੱਟੀ ਮਨਜ਼ੂਰ ਕਰਤਾ ਅਧਿਕਾਰੀ ਵੱਲੋਂ ਕਰਮਚਾਰੀ ਦੀ ਬੇਨਤੀ ਤੇ ਮੈਰਿਟ ਤੇ ਵਿਚਾਰ ਕਰਦੇ ਹੋਏ ਦਿੱਤੀ ਵੀ ਜਾ ਸਕਦੀ ਹੈ ਯਾਨੀ ਕਿ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ ਇਹ ਛੁੱਟੀ ਵੈਸੇ ਨਹੀਂ ਮਿਲਦੀ ਪਰ ਜੇਕਰ ਸਮਰੱਥ ਅਧਿਕਾਰੀ ਚਾਹਣ ਸਥਿਤੀਆਂ ਇਸ ਤਰ੍ਹਾਂ ਦੀਆਂ ਹੋਣ ਤਾਂ ਉਹ ਮਨਜ਼ੂਰ ਵੀ ਕਰ ਸਕਦੇ ਨੇ ਦਿਹਾੜੀਦਾਰ ਵਰਕਚਾਰਜ ਤੇ ਕੰਟਰੈਕਟ ਦੇ ਆਧਾਰ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਯਾਨਕਿ ਇਸਤਰੀ ਕਰਮਚਾਰਨਾਂ ਨੂੰ ਇਹ ਛੁੱਟੀ ਜਿਹੜੀ ਆ ਉਹ ਮਿਲਣ ਯੋਗ ਨਹੀਂ ਹੈ ਦੋਸਤੋ ਇਸ ਛੁੱਟੀ ਦੇ ਵਿੱਚ ਸਮੇਂ-ਸਮੇਂ ਸਿਰ ਬਦਲਾਅ ਵੀ ਹੋਏ ਨੇ ਔਰ ਕੁਝ ਨਵੀਆਂ ਹਦਾਇਤਾਂ ਵੀ ਇਸ ਦੇ ਵਿੱਚ ਜੋੜ ਦਿੱਤੀਆਂ ਗਈਆਂ ਨੇ ਉਸ ਬਾਰੇ ਵੀ ਗੱਲ ਕਰਦੇ ਆ ਇੱਕ ਗੱਲ ਮੈਂ ਦੱਸ ਦਾਂ ਕਿ ਜਿੰਨੇ ਵੀ ਪੱਤਰ ਚਾਈਲਡ ਕੇਅਰ ਦੇ ਨਾਲ ਸਬੰਧਤ ਹਨ ਉਹ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤੇ ਜਾਣਗੇ ਸੋ ਦੋਸਤੋ ਹੋਰ ਕੀ ਹਦਾਇਤਾਂ ਜੜੀਆਂ ਨੇ ਚਾਈਲਡ ਕੇਅਰ ਲੀਵ ਦੇ ਨਾਲ ਸਬੰਧਤ ਹਨ ਉਸ ਬਾਰੇ ਵੀ ਇੱਕ-ਇੱਕ ਕਰਕੇ ਗੱਲ ਕਰ ਲੈਣੇ ਆ ਪਹਿਲੀ ਹਦਾਇਤ ਇਹ ਹੈ ਕਿ ਚਾਈਲਡ ਕੇਅਰ ਲੀਵ ਪਹਿਲੇ ਦੋ ਜੀਵਤ ਬੱਚਿਆਂ ਦੇ ਲਈ ਹੀ ਮਿਲਣਯੋਗ ਹੋਵੇਗੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਚਾਈਲਡ ਕੇਅਰ ਲੀਵ ਸੰਬੰਧੀ ਜਿਹੜੀਆਂ ਪਹਿਲਾਂ ਹਦਾਇਤਾਂ ਨੇ ਉਸ ਦੇ ਵਿੱਚ ਇੱਕ ਕਮੈਂਡਮੈਂਟ ਜਿਹੜੀ ਇੱਥੇ ਕੀਤੀ ਗਈ ਹੈ ਕਿ ਚਾਈਲਡ ਕੇਅਰ ਲੀਵ ਇਸਤਰੀ ਸਰਕਾਰੀ ਕਰਮਚਾਰੀਆਂ ਨੂੰ ਜਿਹੜੇ ਬੱਚੇ ਵਿਦੇਸ਼ ਦੇ ਵਿੱਚ ਰਹਿੰਦੇ ਹਨ ਉਹਨਾਂ ਦੀ ਪ੍ਰੀਖਿਆ ਦੇ ਦੌਰਾਨ ਜਾਂ ਬਿਮਾਰੀ ਦੇ ਦੌਰਾਨ ਇਸ ਸ਼ਰਤ ਤੇ ਪ੍ਰਵਾਨ ਕੀਤੀ ਜਾਵੇਗੀ ਕਿ ਉਹ ਇਸ ਸੰਬੰਧੀ ਲੋੜਿੰਦਾ ਦਸਤਾਵੇਜ਼ ਸਰਟੀਫਿਕੇਟ ਸੰਬੰਧਤ ਪੜ੍ਹਾਈ ਵਾਲੀ ਸੰਸਥਾ ਜਾਂ ਫਿਰ ਅਥਰਾਇਜ਼ ਡਾਕਟਰ ਤੋਂ ਜਾਰੀ ਕੀਤਾ ਗਿਆ ਹੋਵੇ ਇਸਤਰੀ ਕਰਮਚਾਰੀ ਵਿਦੇਸ਼ ਜਾਣ ਦੇ ਲਈ ਸਬੰਧਤ ਸਰਕਾਰੀ ਨੀਮਾ ਤੇ ਹਦਾਇਤਾਂ ਦੀ ਪਾਲਣਾ ਕਰੇਗੀ ਤੇ ਇਸ ਛੁੱਟੀ ਦੀ ਲਗਭਗ 80% ਸਮਾ ਵਿਦੇਸ਼ ਦੇ ਵਿੱਚ ਹੀ ਬਤਾਏਗੀ ਯਾਨੀ ਕਿ ਬੱਚੇ ਜੇਕਰ ਤੁਹਾਡੇ ਵਿਦੇਸ਼ਾਂ ਰਹਿੰਦੇ ਨੇ ਤਾਂ ਇਸ ਤਰੀ ਕਰਮਚਾਰਨਾ ਉਸ ਵਾਸਤੇ ਵੀ ਜਿਹੜੀ ਹੈ ਛੁੱਟੀ ਲੈ ਸਕਦੇ ਨੇ ਆਪਣੇ ਬੱਚਿਆਂ ਦੀ ਦੇਖਪਾਲ ਦੇ ਲਈ ਸ਼ਰਤ ਇਹ ਹੈ ਕਿ ਉਹਨਾਂ ਦੀ ਉਮਰ 18 ਸਾਲ ਤੋਂ ਘੱਟ ਹੋਵੇ ਇੱਕ ਨਿਯਮ ਇੱਥੇ ਹੋਰ ਵੀ ਸਪਸ਼ਟ ਕੀਤਾ ਗਿਆ ਹੈ ਕਿ ਪਹਿਲਾਂ ਅਵੇਲ ਕੀਤੀ ਜਾ ਰਹੀ ਜਾਂ ਫਿਰ ਅਵੇਲ ਕੀਤੀ ਜਾ ਚੁੱਕੀ ਕਿਸੇ ਵੀ ਤਰ੍ਹਾਂ ਦੀ ਛੁੱਟੀ ਨੂੰ ਚਾਈਲਡ ਕੇਅਰ ਲੀਵ ਦੇ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ ਯਾਨੀ ਕਿ ਜੇਕਰ ਤੁਸੀਂ ਕਮਾਈ ਛੁੱਟੀ ਤੇ ਚੱਲ ਰਹੇ ਹੋ ਤੇ ਬਾਅਦ ਚ ਚਾਹੋ ਕਿ ਉਸ ਨੂੰ ਚਾਈਲਡ ਕੇਅਰ ਲੀਵ ਦੇ ਵਿੱਚ ਕਨਵਰਟ ਕਰ ਦਿੱਤਾ ਜਾਵੇ ਇਸ ਤਰ੍ਹਾਂ ਨਹੀਂ ਹੋਵੇਗਾ ਇਸ ਦਾ ਅਗਲਾ ਨਿਯਮ ਇਹ ਹੈ ਕਿ ਇਸਤਰੀ ਕਰਮਚਾਰਨਾ ਚਾਈਲਡ ਕੇਅਰ ਲੀਵ ਦੌਰਾਨ ਐਲਟੀਸੀ ਅਵੇਲ ਨਹੀਂ ਕਰ ਸਕਦੀਆਂ ਕਿਉਂਕਿ ਇਹ ਛੁੱਟੀ ਇੱਕ ਵਿਸ਼ੇਸ਼ ਮੰਤਵ ਦੇ ਲਈ ਜੜੀ ਹੈ ਉਹ ਬਣਾਈ ਗਈ ਹੈ ਏ ਛੁੱਟੀ ਸਬੰਧੀ ਜੇਕਰ ਕੋਈ ਸਪੈਲ ਦਸੰਬਰ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਅਗਲੇ ਸਾਲ ਵਿੱਚ ਖਤਮ ਹੁੰਦਾ ਹੈ ਇਸ ਮੰਤਵ ਦੇ ਲਈ ਇੱਕ ਸਪੈਸ਼ਲ ਸਪੈਲ ਮੰਨਿਆ ਜਾਵੇਗਾ ਜਿਸ ਸਾਲ ਵਿੱਚ ਇਹ ਛੁੱਟੀ ਮਨਜ਼ੂਰ ਕੀਤੀ ਜਾਂਦੀ ਹੈ ਸੋ ਦੋਸਤੋ ਇਹ ਵਿਸ਼ੇਸ਼ ਵੀਡੀਓ ਸੀ ਚਾਈਲਡ ਕੇਅਰ ਲੀਵ ਨੂੰ ਲੈ ਕੇ ਕਿ ਇਸਤਰੀ ਕਰਮਚਾਰਨਾ ਜਿਹੜੀਆਂ ਕਿ ਰੈਗੂਲਰ ਕਰਮਚਾਰਨਾ ਨੇ ਉਹ ਆਪਣੇ ਬੱਚਿਆਂ ਦੀ ਦੇਖਭਾਲ ਦੇ ਲਈ ਕਿਸ ਤਰ੍ਹਾਂ ਇਸ ਛੁੱਟੀ ਦਾ ਲਾਹਾ ਲੈ ਸਕਦੀਆਂ ਨੇ ਇਸ ਦੇ ਕੀ ਨਿਯਮ ਨੇ ਸਵਾਸ ਕਰਦੇ ਆਂ ਦੋਸਤੋ ਕਿ ਅੱਜ ਦੀ ਵੀਡੀਓ ਵੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਬਸ ਇਸੇ ਤਰ੍ਹਾਂ ਹੀ ਜੁੜੇ ਰਹੋ ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ